ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮੇਸ਼ੀਅਰ ਟੀਵੀ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਮੈਂ ਜੋਗਰਾਜ ਸਿੰਘ ਕਾਲੋਂ ਪ੍ਰਾਈਮ ਹੈਲਥ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਤੇ ਅੱਜ ਪ੍ਰੋਗਰਾਮ 'ਚ ਸਾਡੇ ਨਾਲ ਡਾਕਟਰ ਮੁਰਤਜ਼ਾ ਜੁੜੇ ਚੁੱਕੇ ਨੇ ਤੇ ਉਹਨਾਂ ਨੂੰ ਨਾਲ ਜੋੜਦੇ ਹਾਂ ਤੇ ਅੱਜ ਸ਼ੂਗਰ ਨਾਲ ਸੰਬੰਧਿਤ ਗੱਲ ਕਰਨੀ ਆ ਪਰ ਇੱਕ ਬਹੁਤ ਯੂਨੀਕ ਚਾ ਟਾਪਿਕ ਆ ਬਹੁਤ ਵੱਡੀ ਗਿਣਤੀ ਜੋ ਲੋਕ ਨੇ ਜਿਹੜੇ ਸਵਾਲ ਵੀ ਆਏ ਤੇ ਜਾਂ ਡਾਕਟਰ ਸਾਹਿਬ ਨੇ ਵੀ ਗੱਲ ਉਹ ਇਸ਼ੂ ਬਹੁਤ ਵਾਰੀ ਸਾਡੇ ਨਾਲ ਸਾਂਝਾ ਕੀਤਾ ਅੱਜ ਤੁਹਾਡੇ ਸਾਰਿਆਂ ਨਾਲ ਵੀ ਕਰਾਂਗੇ ਕਿ ਜਿਨ੍ਹਾਂ ਨੂੰ ਸ਼ੂਗਰ ਨਹੀਂ ਹੁੰਦੀ ਪਰ ਉਹ ਦਵਾਈ ਤੇ ਲੱਗ ਜਾਂਦੇ ਨੇ ਲਾਈ ਜਾਂਦੇ ਨੇ ਕਿ ਲੱਗ ਜਾਂਦੇ ਨੇ ਜਾਂ ਕੀ ਕਹਾਣੀ ਬਣਦੀ ਹੈ ਸਾਰੀ ਅੱਜ ਉਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਸ਼ਾਇਦ ਜਿਹੜੇ ਸ਼ੂਗਰ ਤੇ ਦਵਾਈ ਖਾਂਦੇ ਨੇ ਸ਼ਾਇਦ ਉਹਨਾਂ ਨੂੰ ਲੱਗਦਾ ਹੋਏ ਕਿ ਦਵਾਈ ਦੀ ਲੋੜ ਨਹੀਂ ਹੈਗੀ ਪਰ ਫਿਰ ਵੀ ਖਾ ਰਹੇ ਨੇ ਮਸਲਾ ਕੀ ਆਖਰਕਾਰ ਸਾਰਾ ਉਹ ਆਪਣਾ ਡਾਕਟਰ ਸਾਹਿਬ ਕੋ ਸਮਝਣ ਦੀ ਕੋਸ਼ਿਸ਼ ਕਰਦੇ ਆਂ ਡਾਕਟਰ ਸਾਹਿਬ ਸਸੀ ਕਾਲ ਜੀ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਸਰ ਤੁਹਾਡਾ ਵੀ ਸਵਾਗਤ ਕੀ ਹਾਲ ਨੇ ਜੀ ਹਾਲ ਵਹੀ ਹੈ ਹਮ ਫਕੀਰ ਹੋ ਗਏ ਉੱਥੇ ਗੱਲ ਅੱਛਾ ਮੈਂ ਜਿਹੜੀ ਗੱਲ ਕਹੀ ਇਦਾਂ ਹੀ ਆ ਨਾ ਇਦਾਂ ਹੀ ਬਿਨਾ ਸ਼ੂਗਰ ਤੋਂ ਲੋਕ ਸ਼ੂਗਰ ਦੀ ਦਵਾਈ ਖਾ ਰਹੇ ਨੇ ਇਸ ਪ੍ਰੋਗਰਾਮ ਦਾ ਨਾਮ ਅਜ ਰੱਖੋ ਕਿ ਤੁਹਾਨੂੰ ਸ਼ੂਗਰ ਨਹੀਂ ਹੈਗੀ ਜਿੰਨਾ ਲੋਕਾਂ ਨੂੰ ਸ਼ੂਗਰ ਨਹੀਂ ਹੈਗੀ ਨਾ ਉਹਨਾਂ ਨੂੰ ਦਵਾਈ ਖਵਾ ਰਹੇ ਆ ਕੋਈ ਲੋਕ ਮਤਲਬ ਕੀ ਇਹਦਾ ਕੁਝ ਲੋਕ ਉਹਨਾਂ ਨੂੰ ਦਵਾਈ ਖਵਾ ਰਹੇ ਜਿਨ੍ਹਾਂ ਨੂੰ ਸ਼ੂਗਰ ਨਹੀਂ ਹੈਗੀ ਉਹਦੇ ਪਿੱਛੇ ਮੋਟਿਵ ਕੀ ਹੈ ਮੈਂ ਉਹਦੇ ਪਿੱਛੇ ਨਹੀਂ ਜਾਂਦਾ ਉਹ ਕਿਤੇ ਕੱਲਿਆਂ ਬੈ ਕੇ ਕਰਾਂਗੇ ਲੇਕਿਨ ਜਿਨ੍ਹਾਂ ਨੂੰ ਸ਼ੂਗਰ ਨਹੀਂ ਹੈਗੀ ਉਹ ਇੱਕ ਬੰਦਾ ਐਵਰੇਜ ਮੇਰੇ ਕੋਲ ਰੋਜ਼ ਆਂਦਾ ਔਰ ਦਵਾਈ ਖਾ ਰਿਆ ਹੁੰਦਾ ਇਹ ਤੇ ਚੱਕ ਮੇਰਾ ਬਹੁਤ ਫਾਸਟ ਫਰੈਂਡ ਮੇਰਾ ਦੋਸਤ ਉਹਨੇ ਮੈਨੂੰ ਦੱਸਿਆ ਹੀ ਨਹੀਂ 2 ਸਾਲ ਤੋਂ ਦਵਾਈ ਖਾ ਰਿਹਾ ਸ਼ੂਗਰ ਦੀ ਉਹ ਇੱਥੇ ਹੀ ਪੀਸੀਜੀ ਆ ਤੇ ਕਾਲਜਿਸ ਨੇ ਕਾਫੀ ਸਾਲ ਕਿਸੇ ਤੋਂ ਦਾ ਫਾਸਟ ਫਰੈਂਡ ਦਵਾਈ ਬਾਹਰੋਂ ਖਾ ਰਿਆ ਨਹੀਂ ਮੈਨੂੰ ਦੱਸਿਆ ਹੀ ਨਹੀਂ ਨਾ ਮੈਨੂੰ ਜ਼ਿਕਰ ਹੀ ਨਹੀਂ ਕੀਤਾ ਨਾ ਕਿ ਮੈਂ ਸ਼ੂਗਰ ਦੀ ਦਵਾਈ ਸ਼ੁਰੂ ਕਰਤੀ ਹੈ ਮੇਰੇ ਹਿਸਾਬ ਚ ਤੇ ਯੰਗ ਮੈਨ ਹੈ ਫਰੈਸ਼ ਹੈ ਇਹਨੂੰ ਕੋਈ ਸ਼ੂਗਰ ਸ਼ਾਇਦ ਕੋਈ ਬਿਮਾਰੀ ਨਹੀਂ ਹੈਗੀ ਹਮ ਇੱਕ ਦਿਨ ਬੈਠੇ ਬੈਠੇ ਉਹਨੇ ਜ਼ਿਕਰ ਕਰਤਾ ਮੈਂ ਵੀ ਫਾਰਮਨ ਸ਼ੁਰੂ ਕਰ ਦਿੱਤੀ ਹੈ ਮੈਂ ਨਾਮ ਕੀ ਲੜਨ ਦਵਾਈ ਦਾ ਕਿ ਸਰ ਇੱਕੋ ਹੀ ਗੋਲੀ ਹੈ ਜਿਹੜੀ ਸਾਰਿਆਂ ਨੂੰ ਲਾ ਦਿੰਦੇ ਹਾਂ ਮੈਂ ਕਿਹਾ ਕਿ ਸ਼ੁਰੂ ਕਰਤੀ ਕਹਿੰਦਾ ਮੈਨੂੰ ਸ਼ੂਗਰ ਡਿਕਲੇਅਰ ਕਰਤੀ ਡਾਕਟਰ ਨੇ ਮੈਂ ਕਿਹਾ ਉਹ ਕਿਉਂ ਡਿਕਲੇਅਰ ਕਰਤੀ ਉਹ ਇੰਨੀ ਆਣ ਲੱਗੀ ਸੀ ਮੇਰੀ ਸ਼ੂਗਰ ਮੈਂ ਕਿਹਾ ਇੰਨੀ ਆਣ ਲੱਗੀ ਸੀ ਸ਼ੂਗਰ ਕਹਿੰਦਾ ਹਾਂ ਤੇ ਮੈਂ ਕਿਹਾ ਇੰਨੀ ਤਾਂ ਸ਼ੂਗਰ ਨਹੀਂ ਹੁੰਦੀ ਮੈਂ ਕਿਹਾ ਤੂੰ ਇਸ ਤਰ੍ਹਾਂ ਕਰ ਮੈਂ ਉਹ ਟੈਸਟ ਦਿੱਤਾ ਉਹ ਡਰ ਰਿਹਾ ਸੀ ਕਿ ਮੈਂ ਨਾ ਛੱਡਾਂ ਦਵਾਈ ਕਹਿੰਦਾ 2 ਸਾਲ ਤੋਂ ਖਾ ਰਿਹਾ ਲੇਕਿਨ ਜਦੋਂ ਮੈਂ ਖਾਣਾ ਨਾ ਖੋਲੀ ਉਨੂੰ ਇਦਾਂ ਹੁੰਦਾ ਜਿਵੇਂ ਕਿ ਮੈਂ ਨਾ ਡਿੱਗ ਗਿਆ ਮਰਿਆ ਮਰਿਆ ਤੇ ਆਬਵੀਅਸਲੀ ਹੋਣਾ ਜਿਹੜਾ ਬੰਦਾ ਸ਼ੂਗਰ ਨਾ ਹੋਵੇ ਔਰ ਉਹ ਸ਼ੂਗਰ ਦੀ ਦਵਾਈ ਖਾਵੇ ਉਹ ਇਸ ਤਰ੍ਹਾਂ ਹੋਏਗਾ ਜਿਵੇਂ ਕਮਜ਼ੋਰ ਮਰਿਆ ਮਰਿਆ ਨੀਂਦ ਥਕਾਵਟ ਥੱਕਣ ਕੁੱਟਿਆ ਕਿਸੇ ਨੇ ਜਿਵੇਂ ਨੀਂਦ ਆ ਰਹੀ ਹੈ ਲੇਕਿਨ ਆ ਵੀ ਨਹੀਂ ਰਹੀ ਅੱਛਾ ਹਰ ਵਕਤ ਸੁੱਤਾ ਸੁੱਤਾ ਇਸ ਤਰ੍ਹਾਂ ਦੀ ਕੰਡੀਸ਼ਨ ਹੋਏਗੀ ਜਿਹੜੇ ਬੰਦੇ ਨੂੰ ਸ਼ੂਗਰ ਨਹੀਂ ਹੈ ਤੇ ਉਹ ਸ਼ੂਗਰ ਦੀ ਦਵਾਈ ਕਰੇ ਪਹਿਲੀ ਨਿਸ਼ਾਨੀ ਹੋਰ ਵੀ ਦੱਸਦਾ ਮੈਂ ਨਿਸ਼ਾਨੀਆਂ ਪਹਿਲੀ ਨਿਸ਼ਾਨੀ ਇਹ ਹੈ ਕਿ ਉਹ ਹਰ ਵਕਤ ਐਦਾਂ ਰਹੇਗਾ ਮੋਸਟ ਆਫ ði ਟਾਈਮ ਕਮਜ਼ੋਰ ਫੀਲ ਕਰੇਗਾ ਇੰਨਾ ਤੱਕ ਨਹੀਂ ਕਿ ਇਹ ਹੋ ਸਕਦਾ ਕਿ 슈ਗਰ ਹੋਣ ਦਾ ਡਰ ਹੋਏ ਜਾਂ ਪਹਿਲਾਂ ਕੋ ਦਵਾਈ ਦਵਾਈ ਸ਼ੁਰੂ ਕਰਾ ਦਿੰਦਾ ਹੋਵੇ ਇਸ ਤਰ੍ਹਾਂ ਵੀ ਕਰਦੇ ਆ ਪ੍ਰੀ 슈ਗਰ ਪ੍ਰੀ ਡਾਇਬੀਟਿਕ ਜਿਹਨੂੰ ਕਹਿੰਨੇ ਆਪਾਂ ਉਹਨੂੰ ਉਹਨੂੰ ਵੀ ਗੋਲੇ ਸ਼ੁਰੂ ਕਰਾ ਦਿੰਦੇ ਆ ਫਿਰ ਜਦੋਂ ਇਹਨਾਂ ਦੇ ਹਿਸਾਬ ਚ ਡਾਇਬੀਟਿਕ ਹੁੰਦਾ ਬੰਦਾ ਉਹਨੂੰ ਤੇ ਡੈਫੀਨੇਟ ਕਰਾਉਂਦੇ ਕਰਾਉਂਦੇ ਆ ਇਹਦੇ ਪਿੱਛੇ ਹੋਣ ਇੱਕ ਸਟੋਰੀ ਹੈ ਉਹ ਟੀਵੀ ਤੇ ਨਹੀਂ ਸੁਣਾਈ ਜਾ ਸਕਦੀ ਉਹ ਸਟੋਰੀ ਬਸ ਇੰਨਾ ਹੀ ਸਮਝ ਲਓ ਤੁਸੀਂ ਉਹਦਾ ਕਿ ਤੁਹਾਨੂੰ ਸ਼ੂਗਰ ਨਹੀਂ ਹੈਗੀ ਤੇ ਤੁਹਾਨੂੰ ਸ਼ੂਗਰ ਲਾਈ ਜਾ ਰਹੀ ਹੈ। ਇਹ ਕਿਵੇਂ ਹੁੰਦਾ ਉਹਦੀ ਡਿਟੇਲ ਸੁਣ ਲਓ। ਐਵਰੀ ਡੇ ਜੁਗਰਾਜ ਇੱਕ ਜਾਂ ਦੋ ਬੰਦੇ ਮੇਰੇ ਕੋਲੇ ਰੋਜ਼ ਆਉਂਦੇ ਆ ਸ਼ੂਗਰ ਦੀ ਦਵਾਈ ਲੈ। ਕਹਿੰਸੀ ਉਹ ਖਾਰੇ ਜਿਹੜੇ ਇਸ ਵਾਲੇ ਜਿਹੜੇ علاوہ ਉਸ ਤੋਂ ਆਉਂਦੇ ਸ਼ੂਗਰ ਵਾਲੇ ਉਹ ਤਾਂ ਜਿਨ੍ਹਾਂ ਨੂੰ ਚਲੋ ਹੈ ਉਹ ਤਾਂ ਉਹਨਾਂ ਨੂੰ ਤਾਂ ਡਿਸਕਸ ਨਹੀਂ ਨਾ ਕਰਦੇ ਆਪਾਂ। ਜਿੰਨਾਂ ਨੂੰ ਸ਼ੂਗਰ ਨਹੀਂ ਹੈਗੀ ਇੱਕ ਤੋਂ ਦੋ ਬੰਦੇ ਐਸੇ ਉਹ ਆਂਦੇ ਆ ਜਿਹੜੇ ਆਲਰੇਡੀ ਉਹ ਮੈਟਫਾਰਮ ਜਾਂ ਕੋਈ ਵੀ ਗੋਲੀ ਖਾ ਰਹੇ ਤੇ ਉਹ ਮੈਨੂੰ ਆ ਕੇ ਕਹਿੰਦੇ ਹੁਣ ਅਸੀਂ ਤੁਹਾਡੀ ਗੋਲੀ ਖਾਣਾ ਚਾਹੁੰਦੇ ਆ ਮੈਂ ਜਦੋਂ ਉਹਨਾਂ ਨਾਲ ਡਿਸਕਸ ਕਰਦਾ ਮੇਰੀ ਆਦਤ ਹੈ ਕਿ ਮੈਂ ਪਹਿਲਾਂ ਥੋੜਾ ਜਿਹਾ ਪੁੱਛਦਾ ਦੋ ਚਾਰ ਚੀਜ਼ਾਂ ਪੁੱਛ ਲੈਣਾ ਮੈਨੂੰ ਪਤਾ ਲੱਗ ਜਾਂਦਾ ਮੈਂ ਉਹਨਾਂ ਨਾਲ ਜਦੋਂ ਡਿਸਕਸ ਕਰਦਾ ਤੇ ਉਹਨਾਂ ਨੂੰ ਸ਼ੂਗਰ ਹੁੰਦੀ ਨਹੀਂ ਮੈਂ ਉਹਨਾਂ ਨੂੰ ਕਿਹਾ ਯਾਰ ਤੁਹਾਨੂੰ ਸ਼ੂਗਰ ਦੀ ਦਵਾਈ ਤਾਂ ਮੈਂ ਨਹੀਂ ਦੇਣੀ ਉਹਨਾਂ ਨੇ ਕਿਹਾ ਜੇ ਇਸ ਤਰ ਕੋਈ ਸਾਲ ਤੋਂ ਖਾ ਰਿਹਾ ਕੋਈ ਦੋ ਤੋਂ ਖਾ ਰਿਹਾ ਲੱਕ ਤਿੰਨ ਤੋਂ ਖਾ ਰਿਹਾ ਹੁੰਦਾ ਮੈਂ ਕਿਹਾ ਤੁਸੀਂ ਇਸ ਤਰਾਂ ਕਰੋ ਤੇ ਹੋਰ ਚੀਜ਼ਾਂ ਦੇ ਜਿਹੜੀ ਤੁਹਾਨੂੰ ਪ੍ਰੋਬਲਮ ਹੋ ਉਹਦੀ ਦਵਾਈ ਲੈ ਚੋ ਦਵਾਈ ਲੇਕਨ ਸ਼ੂਗਰ ਵਾਸਤੇ ਤੁਸੀਂ ਘਰ ਜਾਓ ਅੱਜ ਦਵਾਈ ਨਹੀਂ ਖਾਣੀ ਤੇ ਦਿਨ ਚ ਦੋ ਜਾਂ ਤਿੰਨ ਵਾਰੀ ਸ਼ੂਗਰ ਚੈੱਕ ਕਰਨੀ ਹੈ ਸਵੇਰ ਉੱਠਦੇ ਹੀ ਕਰਨੀ ਹੈ 10 ਘੰਟੇ ਦੀ ਫਾਸਟਿੰਗ ਲਿਖ ਲੈਣੀ ਕਾਗਜ਼ ਤੇ ਅੱਛਾ ਇੱਕ ਨਾਸ਼ਤੇ ਤੋਂ 3 ਘੰਟੇ ਬਾਅਦ ਕਰਨੀ ਹੈ ਜਾਂ ਜਿਹੜਾ ਵੀ ਖਾਣੇ ਤੋਂ ਬਾਅਦ ਕਰੋ 3 ਘੰਟੇ ਬਾਅਦ ਤੇ ਇੱਕ ਕਰਨੀ ਹੈ ਖਾਣਾ ਖਾਣ ਤੋਂ ਪਹਿਲਾਂ ਕਿਸੇ ਵੀ ਖਾਣਾ ਖਾਣ ਤੋਂ ਪਹਿਲਾਂ ਇਹ ਤਿੰਨ ਸ਼ੂਗਰ ਤੁਸੀਂ ਚੈੱਕ ਕਰੋ ਅਗਲੇ 3 ਦਿਨ ਚੈੱਕ ਕਰੋ ਤੇ ਮੈਨੂੰ ਇਹ ਸੈਂਡ ਕਰ ਦਿਓ ਜਾਂ ਦੁਬਾਰਾ ਆਜੋ ਅੱਛਾ ਉਜਾਤੋ ਬੰਦੇ ਆਂਦੇ ਆ ਤੇ ਉਹਨਾਂ ਦੀ ਸ਼ੂਗਰ ਰੇਂਜ ਦੇ ਅੰਦਰ ਹੁੰਦੀ ਜਿਹੜੀ ਐਕਚੁਅਲ ਰੇਂਜ ਹੈ ਜਿਹੜੀ ਇਹਨਾਂ ਨੇ ਡਿਕਲੇਅਰ ਕੀਤੀ ਹੋਈ ਹੈ ਉਹ ਨਹੀਂ ਹੂੰ ਉਹ ਰੇਂਜ ਦੇ ਵੀ ਇੱਕ ਮਿਥ ਹੈ ਉਹ ਵੀ ਤੁਹਾਨੂੰ ਮੈਂ ਦੱਸਣਾ ਰੇਂਜ ਦੇ ਬਾਰੇ ਵਿੱਚ ਝੂਠ ਹੈ ਇੱਕ ਅਚਾ ਉਹ ਸਹੀ ਜਨੂਨ ਰੇਂਜ ਵੀ ਦੱਸ ਦੇ ਤਾਂ ਕਿ ਲੋਕਾਂ ਨੂੰ ਘਰੇ ਹੀ ਪਤਾ ਲੱਗ ਜਾਏ ਕਿ ਸ਼ੂਗਰ ਹੈ ਉਹਨਾਂ ਨੂੰ ਕਿ ਨਹੀਂ ਹੈ ਹੂੰ ਉਹ ਰੇਂਜ ਦਾ ਇਹ ਪ੍ਰੋਬਲਮ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜੀ ਨਾਰਮਲ ਸ਼ੂਗਰ ਸੀ WHO ਕਹਿੰਦਾ ਸੀਗਾ 8.5 ਅਚਾ 8.5 ਨੂੰ 18 ਨਾਲ ਅਜ਼ਰਬਜਾਨ ਕਿੰਨੇ ਹੋਗੇ 8.5 ਨੂੰ 18 ਨਾਲ ਤੇ ਕਮ ਹੋ 150 60 ਤਕਰੀਬਨ ਉਹ ਕਹਿੰਦਾ ਸੀ ਇਹ ਨੋਰਮਲ ਆ ਇੱਕ ਸਾਲ ਬਾਅਦ ਕਿਸੇ ਨੇ ਉਹਨਾਂ ਨੂੰ ਇੱਕ ਕੰਨ ਚ ਪਾਈ ਕਿ ਇਹ ਤਾਂ ਪੈਸੇ ਪੂਰੇ ਨਹੀਂ ਆ ਰਹੇ ਇਹ ਨੂੰ 7.5 ਕਰ ਦਿਓ 4 ਕਰੋੜ ਬੰਦਾ ਹੋਰ ਨੈਟ ਚ ਐਡ ਹੋਗੇ ਅੱਛਾ ਜਿਨ੍ਹਾਂ ਨੂੰ ਗੋਲੀ ਲੱਗ ਗਈ ਹੋ ਤੇ ਜੇ ਗੋਲੀ 100 ਡਾਲਰ ਦੀ ਹੋਵੇ ਪਤਾ ਨਹੀਂ 1 ਡਾਲਰ ਦੀ ਆ ਕਿ 100 ਡਾਲਰ ਦੀ ਜੇ 1 ਡਾਲਰ ਦੀ ਇਸ ਸਾਰਾ ਬਿਜ਼ਨਸ ਹੀ ਆ ਬਿਜ਼ਨਸ ਬਿਜ਼ਨਸ ਫਾਰਮਾਸੋਟਿਕਲ ਹੈ ਹੈਲਥ ਡਿਪਾਰਟਮੈਂਟ ਸਾਰੇ ਬਿਜ਼ਨਸ ਜਦੋਂ 4 ਕਰੋੜ ਡਾਲਰ ਐਡ ਹੋ ਗਏ ਰੋਜ਼ ਦੇ ਤੇ ਫਿਰ ਲਾਲਚ ਵੱਧਦੀ ਹੈ ਬੰਦੇ ਅਗਲੇ ਸਾਲ ਉਹ ਹੀ ਡਿਸੀਜਨ ਲਿਆ ਕਿ ਇਹਨੂੰ 6.5 ਕਰ ਦੇ 7.5 ਨੂੰ ਜਿਹੜੀ ਨਾਰਮਲ ਸੀਗੀ ਉਹਨੂੰ 6.5 ਕਰ ਦਿਓ 4 ਕਰੋੜ ਬੰਦਾ ਹੋਰ ਐਡ ਹੋ ਗਿਆ ਐਵਰੀ ਡੇ ਇੱਕ ਕੋਲੀ ਲਾ ਦੇ ਜੇ 1 ਡਾਲਰ ਵੀ ਲਾਓ ਜਾਂ ਅੱਧਾ ਹੀ ਲਾਓ ਮੈਨੂੰ ਨਹੀਂ ਪਤਾ ਉਹਦੀ ਪ੍ਰਾਈਸ ਕੀ ਆ 1 ਡਾਲਰ ਲਾਇਆ ਤੇ 4 ਕਰੋੜ ਡਾਲਰ ਰੋਜ਼ ਦਾ ਐਡ ਹੋ ਗਿਆ ਜੇ ਅੱਧਾ ਡਾਲਰ ਲਾਇਆ ਤੇ 2 ਕਰੋੜ ਡਾਲਰ ਰੋਜ਼ ਦਾ ਐਡ ਹੋ ਗਿਆ ਬੱਲੇ ਬੱਲੇ ਅੱਛਾ ਫਿਰ ਇੱਥੇ ਬਸ ਨਹੀਂ ਹੁੰਦੀ ਜਦੋਂ ਲਾਲਚ ਪੈਦਾ ਹੁੰਦਾ ਨਾ ਬੰਦੇ ਨੂੰ ਪੈਸਿਆਂ ਦਾ ਕਿਸੇ ਵੀ ਸ਼ੈ ਦਾ ਕਿਸੇ ਵੀ ਸ਼ੈ ਦਾ ਲਾਲਚ ਅਲਕੋਹਲ ਦਾ ਔਰਤਾਂ ਦਾ ਪਰਾਂ ਦਾ ਜਦੋਂ ਕਿਸੇ ਵੀ ਸ਼ੈ ਦਾ ਲਾਲਚ ਪੈਦਾ ਹੁੰਦਾ ਨਾ ਫਿਰ ਬੰਦਾ ਉੱਥੇ ਰੁਕਦਾ ਨਹੀਂ ਹੂੰ ਫਿਰ ਅੱਗੇ ਤੋਂ ਅੱਗੇ ਵਧਦਾ ਜਾਂਦਾ ਅਗਲੇ ਸਾਲ ਉਹਨਾਂ ਨੂੰ ਫੇਰ ਲਾਲਚ ਆਇਆ ਉਹਨਾਂ ਨੇ ਇਹਨੂੰ 5.5 ਕਰਤਾ ਬੱਲੇ ਬੱਲੇ 5.5 ਤੇ ਤੁਸੀਂ ਆਪਣੀ ਸ਼ੂਗਰ ਚੈੱਕ ਕਰਨਾ ਜਦੋਂ ਤੁਹਾਡੀ ਸ਼ੂਗਰ 5.5 ਹੋਏਗੀ ਤੁਸੀਂ ਇਹੀ ਕਮਜ਼ੋਰੀ ਫੀਲ ਕਰੋਗੇ ਡਿੱਗੇ ਡਿੱਗੇ ਫੀਲ ਕਰੋਗੇ ਤੁਸੀਂ ਕਹੋਗੇ ਮੈਂ ਕੁਝ ਖਾਵਾਂ ਜਦੋਂ ਤੁਸੀਂ ਕੁਝ ਖਾ ਲੋਗੇ ਤੁਹਾਡੀ ਸ਼ੂਗਰ 6 6.5 ਹੋ ਜਾਏਗੀ 7 ਹੋ ਜਾਏਗੀ ਤੁਸੀਂ ਆਪਣੇ ਆਪ ਨੂੰ ਨੋਰਮਲ ਫੀਲ ਕਰੋਗੇ ਤੁਸੀਂ ਬੈਟਰ ਫੀਲ ਕਰੋਗੇ ਕਿ ਯਾਰ ਆਮ ਆਲ ਰਾਈਟ ਨਾ ਹਰ ਉਹ ਤੇ ਨੋਰਮਲ ਨਾ ਨਾ ਹੋਇਆ ਜਿਹਦੇ ਚ ਤੁਸੀਂ ਕਮਜ਼ੋਰ ਕਰਦੇ ਗਏ ਤੁਸੀਂ 5.5 ਤੋਂ 8.5 ਦਾ ਜਿਹੜਾ ਰਸਤਾ ਹੈ ਤੁਸੀਂ ਦੇਖੋ ਉਹ ਸਿਰਫ ਉਹਦੀ ਕਹਾਣੀ ਸਿਰਫ ਐਦੀ ਹੈ ਬਿਜ਼ਨਸ ਐਦੀ ਬਿਜ਼ਨਸ ਤੁਸੀਂ ਕਿੰਨੇ ਪੁਆਇੰਟ ਤੇ ਕਰਾਉਂਦੇ ਹੋ ਸ਼ੂ ਮਿਨਿਮਮ 7.5 ਅੱਛਾ ਤੁਹਾਡੀ ਸ਼ੂਗਰ 6.5 ਤੋਂ ਲੈ ਕੇ 7.5 ਤੱਕ ਹੋਣੀ ਚਾਹੀਦੀ ਜਦੋਂ ਤੁਸੀਂ ਤੁਹਾਡੀ ਸ਼ੂਗਰ 6 ਤੋਂ ਥੱਲੇ ਆਂਦੀ ਹੈ ਹੁਣ ਮੈਨੂੰ ਪਤਾ ਮੇਰੀ ਸ਼ੂਗਰ ਅਸਟਨ 6 ਤੋਂ ਥੱਲੇ ਹੈ ਮੈਨੂੰ ਹਾਲਾਂਕਿ ਨਹੀਂ ਹੈ ਸ਼ੂਗਰ ਅਲhamdulillah ਖਾਣਾ ਨਾ ਖਾਓ ਤੇ ਆਬਵੀਅਸਲੀ ਤੁਹਾਡੀ ਥੱਲੇ ਗਈ ਮੈਨੂੰ ਫੀਲ ਹੋ ਰਿਹਾ ਕਿ ਮੈਂ ਕਮਜ਼ੋਰੀ ਫੀਲ ਹੋ ਰਹੀ ਹੈ ਮੈਂ ਥੋੜਾ ਡਾਊਨ ਡਾਊਨ ਫੀਲ ਕਰ ਰਿਹਾ ਜਦੋਂ ਖਾਣਾ ਖਾ ਲਾਂਗਾ ਆਈ ਵਿਲ ਬੀ ਆਲ ਰਾਈਟ ਅੱਛਾ ਫਿਰ ਇੱਕ ਤੇ ਇਹ ਪੁਆਇੰਟ ਹੋ ਗਿਆ ਕਿ ਜਿਹੜਾ 8.5 ਤੋਂ 5.5 ਤੇ ਆਇਆ ਸੀ ਇਹ ਤੇ ਇੱਕ ਦੂਸਰਾ ਪੁਆਇੰਟ ਹੈ ਅਕਸਰ ਲੋਕ ਜਿਹੜੇ ਸਵੇਰ ਜਾ ਕੇ ਸ਼ੂਗਰ ਚੈੱਕ ਕਰਾ ਕੇ ਉੱਥੇ ਉਹਨਾਂ ਨੂੰ ਦਿੰਦੇ ਆ ਰਿਪੋਰਟ ਉਹਨਾਂ ਦੀ 13 ਘੰਟੇ ਦੀ ਫਾਸਟਿੰਗ ਨਹੀਂ ਹੁੰਦੀ ਹੂੰ ਕੁਛ ਨਾ ਕੁਛ ਖਾਦਾ ਪੀਤਾ ਹੁੰਦਾ ਪਿਛਲੇ ਸਮੇਂ ਵਿੱਚ ਪੀਤਾ ਪਾਣੀ ਤਾਂ ਜ਼ਰੂਰ ਪੀਤਾ ਹੁੰਦਾ ਉਹਨਾਂ ਨੇ ਪਾਣੀ ਨਹੀਂ ਸਰ ਪੌਂਦਾ ਪਾਉਂਦਾ ਸੋੜਾ ਪਾਣੀ ਪੀ ਕੇ ਵੀ ਜੇ ਚੈੱਕ ਰਹੀ ਹੋਊਗੀ ਪੁਆਇੰਟ ਪੁਆਇੰਟ ਆਪਾਂ ਮੈਂ ਅੱਧਾ ਥੋੜਾ ਪੰਦਾ ਨਿਕਲ ਪੰਦਾ ਅੱਛਾ ਅੱਛਾ ਹੁਣ ਰਾਤ ਨੂੰ 9 ਵਜੇ ਖਾਣਾ ਖਾਦਾ ਸਵੇਰ ਤੁਸੀਂ 10 ਵਜੇ ਤੇ ਸ਼ੂਗਰ ਨਹੀਂ ਚੈੱਕ ਕਰਾਉਂਦੇ ਨਾ 13 ਘੰਟੇ ਦੀ ਫਾਸਟਿੰਗ ਤੇ ਨਹੀਂ ਕਰਦੇ ਤੇ ਦਰਮਿਆਨ ਚ ਪਾਣੀ ਵੀ ਨਾ ਪੀਤਾ ਹੋਵੇ ਇਹ ਆ ਜੈਨੂਨ ਅੱਛਾ ਨੀਂਦ ਵਿੱਚ ਹੈ ਤਾਂ 8 ਘੰਟੇ ਦੀ ਪੂਰੀ ਹੋਵੇ ਡੀਪ ਸਲੀਪ ਹੋਵੇ ਦਰਮਿਆਨ ਚ ਦੜ ਦੜ ਨਾ ਆਲੀ ਨੀਂਦ 9 ਵਜੇ ਦੰਦ ਆਲੀ ਨੀਂਦ ਫਿਰ ਵੀ ਸ਼ੂਗਰ 하ਈ ਆਏਗੀ ਸਵੇਰ ਜਦ ਨੀਂਦ ਠੀਕ ਆ ਤੁਸੀਂ ਰਾਤ 9 ਤੋਂ ਸਵੇਰ 10 ਵਜੇ ਤੱਕ ਕੁਝ ਨਹੀਂ ਖਾਦਾ ਨਾ ਪੀਤਾ ਨਾ ਪਾਣੀ ਪੀਤਾ ਤਾਂ ਤੁਸੀਂ ਫਿਰ ਤੁਹਾਡ ਕੋ ਜੈਨੂਨ 슈ਗਰ ਦੀ ਰੀਡਿੰਗ ਆਏਗੀ ਉਹ ਵੀ ਅਗਰ 7.5 ਤੋਂ 6 ਦੇ ਅੰਦਰ ਆ ਕਿਤੇ ਯੂ ਆਰ 올 ਰਾਈਟ ਤੁਹਾਨੂੰ 슈ਗਰ ਨਹੀਂ ਹੈ ਕੋਲੀ ਨਾ ਖਾਣਾ ਫਿਰ ਇਹ ਦੂਸਰੀ ਗਲਤੀ ਤੇ ਇਸਰੀ ਗਲਤੀ ਕੀ ਕਰਦੇ ਲੋਕ ਕਿ ਖਾਣਾ ਖਾ ਕੇ ਜਿਹੜੀ ਰੈਂਡਮ ਜਿਹਨੂੰ ਆਪਾਂ ਕਹਿੰਨੇ ਚੈੱਕ ਕਰਦੇ ਯੂ نو ਫਾਸਟਿੰਗ ਤਾਂ ਹੋ ਗਈ ਨਾ ਸਵੇਰ ਵਾਲੀ ਜਿਹੜੀ ਰੈਂਡਮ ਆਪਾਂ ਚੈੱਕ ਕਰਦੇ ਆਂ ਖਾਣਾ ਖਾ ਕੇ ਉਹ ਕਰਦੇ ਨੇ ਖਾਣੇ ਤੋਂ 2 ਘੰਟੇ ਬਾਅਦ ਜਿਹੜੀ ਐਕਚੁਅਲ ਸ਼ੂਗਰ ਆ ਖਾਣੇ ਤੋਂ 3 ਘੰਟੇ ਬਾਅਦ ਹੁੰਦੀ ਹੈ ਖਾਣੇ ਤੋਂ 2 ਘੰਟੇ ਬਾਅਦ ਤੁਸੀਂ ਆਪਣੀ ਕਰ ਲੈਣਾ 10 ਆਏਗੀ 10.5 ਆਏਗੀ ਅੱਛਾ 2 ਘੰਟੇ ਬਾਅਦ ਚਾਹੇ ਕੁਝ ਵੀ ਖਾਦਾ ਹੋਵੇ 9 ਤੋਂ 10.5 ਦੇ ਦਰਮਿਆਨ ਹੋਵੇ ਨਾਰਮਲ ਖਾਣਾ ਖਾਦਾ ਹੋਵੇ ਨਾਰਮਮਲ ਖਾਣਾ ਅਗਰ ਰੋਟੀ ਖਾਧੀ ਹੈ ਅਗਰ ਫਿਸ਼ ਖਾਧੀ ਹੈ ਤੇ ਰਾਈਸ ਖਾਧਿਆ ਫੇਰ ਨਹੀਂ ਨਹੀਂ ਵਾਦੀ ਫੇਰ ਤੇ ਕਿਸੇ ਦੀ ਵੀ ਨਹੀਂ ਵਾਦੀ ਜੇ ਬੰਦੇ ਨੇ ਖਾਦਾ ਹੀ ਮਿੱਠਾ ਹੋਵੇ ਕੁਝ ਤਾਂ ਫਿਰ ਤੇ ਆ ਮੈਂ ਉਹਦੀ ਤਾਂ ਗੱਲ ਮਿੱਠੇ ਵਾਲੇ ਦੀ ਗੱਲ ਨਹੀਂ ਕਰ ਰਿਹਾ ਮੈਂ ਨੋਰਮਲ ਨੋਰਮਲ ਖਾਣਾ ਖਾ ਕੇ ਆਪਾਂ 2 ਘੰਟੇ ਬਾਅਦ ਅਕਸਰ ਚੈੱਕ ਕਰ ਲੈਂਦੇ ਮੈਕਸਿਮਮ ਕੋ ਕਰਦਾ ਤਾਂ 2 ਘੰਟੇ ਬਾਅਦ ਕਰਦਾ ਆਬਵੀਅਸਲੀ ਹਾਈ ਹੋਏਗੀ ਉਹ ਡਰ ਜਾਣਾ ਕਿ ਮੈਨੂੰ ਸ਼ੂਗਰ ਹੋ ਗਈ ਉਹਨੂੰ ਵੀ ਗੋਲੀ ਲਾ ਦਿੱਤੀ ਜਾਂਦੀ ਛਾ ਨਹੀਂ ਹੋਈ ਤਾਂ ਉਹ ਸ਼ੂਗਰ ਹਰ ਇੱਕ ਦੀ ਸ਼ੂਗਰ ਇੰਨੀ ਹੋਏਗੀ ਜਿੰਨੀ ਮੈਂ ਦੱਸ ਰਿਹਾ ਖਾਣੇ ਤੋਂ 2 ਘੰਟੇ ਬਾਅਦ 10 ਹਰ ਇੱਕ ਦੀ ਹੋਏਗੀ 9 ਤੋਂ 10 ਹੂੰ ਤੋ ਦਾ ਮਤਲਬ ਇਹ ਤੇ ਨਹੀਂ ਕਿ ਤੁਹਾਨੂੰ ਸ਼ੂਗਰ ਹੋ ਗਈ ਤੁਸੀਂ 3 ਘੰਟੇ ਬਾਅਦ ਚੈੱਕ ਕਰੋ ਅਗਰ origignal actual ਤੁਹਾਨੂੰ ਰੀਡਿੰਗ ਚਾਹੀਦੀ ਹੈ ਇਹ ਹੋਗੀਆਂ ਤਿੰਨ ਚੀਜ਼ਾਂ ਹੂੰ ਚੌਥੀ ਚੀਜ਼ ਜਿਨ੍ਹਾਂ ਨੂੰ ਜ਼ਬਰਦਸਤੀ ਸ਼ੂਗਰ ਲਾਈ ਜਾਂਦੀ ਤੁਹਾਡੇ ਫਾਦਰ ਨੂੰ ਮਦਰ ਨੂੰ ਸ਼ੂਗਰ ਸੀਗੀ ਤੁਹਾਡਾ ਹੁਣ ਕੋਲੇਸਟ੍ਰੋਲ ਵੱਧ ਰਿਹਾ ਸਾਨੂੰ ਡਾਊਟ ਹੈ ਤੁਹਾਨੂੰ ਸ਼ੂਗਰ ਹੋ ਜਾਣੀ ਅੱਜ ਦੇਖੋ 5.6 ਆ ਗਈ ਤੁਹਾਡੀ 5.5 ਹੋਣੀ ਚਾਹੀਦੀ ਸੀ 1 ਪੁਆਇੰਟ ਉੱਤੇ ਆ ਗਈ ਹੈ ਤੁਹਾਨੂੰ ਸ਼ੂਗਰ ਹੋ ਰਹੀ ਹੈ ਤੁਸੀਂ ਇਹ ਤਤਨ ਇੱਕ ਗੋਲੀ ਖਾ ਲਓ ਇਹ ਅੱਧੇ ਗੋਲੇ ਸ਼ੁਰੂ ਕਰਦੇ ਹੁਣ ਉਹ ਜਿਹੜੀ ਗੋਲੀ ਆ ਉਹ ਗੋਲੀ 6 ਤੋਂ 8 ਘੰਟੇ ਬਾਡੀ ਚ ਰਹਿੰਦੀ ਆ ਯਾਨੀ ਸਵੇਰ 6 ਵਜੇ ਅਗਰ ਤੁਸੀਂ ਉਹ ਗੋਲੀ ਲਈ ਹੈ ਨਾ ਤੇ ਉਹਨੇ 12 ਤੋਂ 2 ਵਜੇ ਤੱਕ ਉਹਦਾ ਅਸਰ ਖਤਮ ਹੋ ਜਾਣਾ ਓਕੇ 12 ਤੋਂ 2 ਤੋਂ ਲੈ ਕੇ ਸਵੇਰ 6 ਤੱਕ ਕਿਹੜੀ ਦਵਾਈ ਉਹਦਾ ਅਸਰ ਕਰੇਗੀ ਕੁਝ ਵੀ ਨਹੀਂ ਤੇ ਤੁਸੀਂ ਉਵੇਂ ਹੀ ਸਾਰਾ ਦਿਨ ਮਰੇ 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 ਰਹੋਗੇ ਜਦੋਂ 12 ਤੋਂ ਲੈ ਕੇ ਸਵੇਰ 6 ਤੋਂ ਲੈ ਕੇ 2 ਵਜੇ ਤੱਕ ਤੁਸੀਂ ਕਮਜ਼ੋਰੀ ਰਹੀ ਤੁਹਾਨੂੰ ਉਹ ਕਮਜ਼ੋਰੀ ਸ਼ਾਮ ਨੂੰ ਹੀ ਹੋਏਗੀ ਫਿਰ ਤਾਂ ਤੁਹਾਨੂੰ ਇੱਕ ਹਸਣ ਵਾਲੀ ਗੱਲ ਸੁਣਾਉਣਾ ਕਿ ਜਿਹੜੀਆਂ ਬੱਚੀਆਂ ਨੂੰ ਪੀਰੀਅਡਸ ਦਾ ਇਸ਼ੂ ਹੁੰਦਾ ਨਾ ਉਹਨਾਂ ਨੂੰ ਵੀ ਇਹੀ ਕੋਲੀ ਲਾਜ਼ਮੀ ਹੈ। ਉੱਚਾ ਦੇਖ ਲੋ ਯਾਰ ਅਸੀਂ ਕਿੱਡੇ ਜ਼ਾਲਮ ਹਾਂ ਹੈਲਥ ਹੈ ਅਸੀਂ ਕਿੰਨੇ ਜ਼ਾਲਮ ਹਾਂ ਪੀਛਣੋਂ ਦੇ ਦਿੰਦੇ ਬਹੁਤ ਆਦੇ ਮੈਨੂੰ ਤਾਂ ਇਹਨਾਂ ਦੀਆਂ ਕਾਰਵਾਈਆਂ ਪਤਾ ਲੱਗਦੀਆਂ ਐਵਰੀ ਡੇ ਇੱਕ ਤੋਂ ਦੋ ਬੰਦੇ ਤਾਂ ਰੋਸੀਫੇ ਛਿੜਾ ਦਿੰਦੇ ਉਹਨਾਂ ਦੀ ਆਫ ਕੋਰਸ ਜਦੋਂ ਉਹਨੂੰ ਸ਼ੂਗਰ ਹੀ ਨਹੀਂ ਹੈ ਮਨ ਲੋ ਗੋਲੀ ਲੱਗੀ ਮੈਂ ਕਤਲ ਹੀ ਉਹਨੂੰ ਦੋਈ ਦੇ ਖਾ ਰਿਹਾ ਤੂੰ ਜਰੂਰ ਇਦਾਂ ਛੱਡੇਗਾ ਉਹਦਾ ਕੋਈ ਸਾਈਡ ਇਫੈਕਟ ਤੇ ਕੁਝ ਨਹੀਂ ਮੈਂ ਤੁਹਾਨੂੰ ਹੁਣ ਉਸ ਦੋਸਤ ਦੀ ਕਹਾਣੀ ਸੁਣਾਉਣਾ ਥਾਮ ਨਹੀਂ ਲੈਣਾ ਮੈਂ ਉਹਦਾ ਉਹਦੀ ਕਹਾਣੀ ਸੁਣਾਉਣਾ ਉਹਨੇ ਜਦੋਂ ਮੈਨੂੰ ਦੱਸਿਆ ਕਿ ਮੈਂ 2 ਸਾਲ ਤੋਂ ਸ਼ੂਗਰ ਦੀ ਇੱਕ ਇਹ ਗੋਲੀ ਖਾ ਰਿਹਾ ਅੱਧੀ ਸਵੇਰ ਤੇ ਸ਼ਾਮ ਸੇ ਪਤਾ ਨਹੀਂ ਕਿ ਇੱਕ ਸਵੇਰ ਇੱਕ ਸ਼ਾਮ ਸੀ ਜਾਂ ਇੱਕ ਸੀ ਦਿਨ 'ਚ ਮੈਨੂੰ ਨਹੀਂ ਆ ਮੈਂ ਉਹ ਕਹਤੇ ਨੂੰ ਲਗਦਾ ਨਹੀਂ ਸ਼ੁਗਰ ਕਿੰਨੀ ਰਹਿੰਦੀ ਉਹਨਾਂ ਨੇ ਮੈਂ ਉਹਨੂੰ ਪੁੱਛਿਆ ਸੋਭਾ ਨੂੰ ਮੈਂ ਉਹ ਕਿ ਕੁਐਸਚਨ ਕੀਤੇ ਉਹਨੇ ਕਿਹਾ ਜੀ ਸਵੇਰ ਜਦ ਮੈਂ ਚੈੱਕ ਕਰਦਾ ਤੇ 6 ਹੁੰਦੀ ਆ ਜਾਂ 6.5 ਹੁੰਦੀ ਆ ਜਾਂ 5.5 ਹੁੰਦੀ ਆ ਮੈਂ ਕਹਤੇ ਨੂੰ ਸ਼ੁਗਰ ਤੇ ਨਾਰਮਲ ਹੈ ਅਗਰ ਖਾਣਾ ਖਾਣ ਤੋਂ 3 ਘੰਟੇ ਬਾਅਦ ਕਿੰਨੀ ਹੁੰਦੀ ਉਹਨੇ ਕਿਹਾ ਮੈਂ ਚੈੱਕ ਕੀਤੀ ਹੈ ਖਾਣੇ ਖਾਣ ਤੋਂ 3 ਘੰਟੇ ਬਾਅਦ ਮੇਰੀ 7 ਤੋਂ 7.5 ਐਨੀ ਕੀ ਹੁੰਦੀ ਆ ਅੱਛਾ ਮੈਂ ਕਿ ਹੱਦ ਤੋਂ ਕੀ ਯਾਰ ਫਿਰ ਤੈਨੂੰ ਸ਼ੁਗਰ ਨਹੀਂ ਹੈਗੀ ਉਹਨੇ ਕਿਹਾ ਨਹੀਂ ਮੈਨੂੰ ਹੈਗੀ ਡਾਕਟਰ ਨੇ ਕਿਹਾ ਮੇਰੇ ਨੇ ਅੱਛਾ ਮੈਂ ਕਿਹਾ ਤੇਰੇ ਡਾਕਟਰ ਨੇ ਕਿਹਾ ਤੇ ਇਹਦਾ ਮਤਲਬ ਹੈ ਤੇ ਨਹੀਂ ਕਿ ਤੈਨੂੰ ਸਾੱਚ ਹੀ ਕਿਹਾ ਜ਼ਰੂਰੀ ਤੇ ਨਹੀਂ ਆ ਸਾਰੇ ਸਾੱਚੀ ਬੋਲਦੇ ਆ ਲੋਕ ਵਿਸ਼ਵਾਸ ਕਰਦੇ ਨੇ ਨਾ ਹਾਂ ਵਿਸ਼ਵਾਸ ਕਰਦੇ ਪੇਸ਼ਾ ਹੀ ਇੰਨਾ ਰੈਪਿਊਟਿਡ ਆ ਕਿ ਹੋਂ ਡਾਕਟਰ ਆ ਕੋ ਬੰਦਾ ਬੰਦਾ ਸੁਈਦਾ ਵੀ ਇਹ ਡਾਕਟਰ ਗੱਲ ਐਵੇਂ ਤੇ ਕਹਿ ਨਹੀਂ ਰਿਹਾ ਹੋਊਗਾ ਬੰਦੇ ਯਕੀਨ ਕਰ ਲੈਂਦੇ ਤੇ ਮੇਰੇ ਕੋਲ ਫਾਇਦਾ ਵੀ ਉਸੇ ਯਕੀਨ ਦੇ ਚੁੱਕਿਆ ਜਾਂਦਾ ਸਭ ਤੋਂ ਜ਼ਿਆਦਾ ਹੋਣਾ ਸੀ ਝੂਠ ਬੋਲਦੇ ਡਾਕਟਰ ਹੀ ਸਭ ਤੋਂ ਜ਼ਿਆਦਾ ਖੈਰ ਛੱਡੋ ਮੈਂ ਉਹਨਾਂ ਨੂੰ ਕੀ ਕਿਸੇ ਨੂੰ ਕੀ ਗਲਤ ਕਹਿਣਾ ਸੀ ਆਪ ਹੀ ਗਲਤ ਉਹਨੂੰ ਮੈਂ ਕਿਹਾ ਕਿ ਤੂੰ ਨੈਕਸਟ 10 ਦਿਨ ਗੋਲੀ ਨਹੀਂ ਖਾਣੇ ਮੈਨੂੰ ਰੋਜ਼ ਸ਼ੂਗਰ ਚੈੱਕ ਕਰਕੇ ਮੈਸੇਜ ਕਰਨਾ ਦੋਸਤ ਸੀ ਨਾ ਤਾਂ ਮੈਂ ਕਿਹਾ ਮੇਰਾ ਨੰਬਰ ਤੇ ਕੋ ਹੈਗਾ ਮੈਸੇਜ ਕਰ ਉਹਨੇ ਮੈਨੂੰ ਸ਼ੂਗਰ ਚੈੱਕਰ ਮੈਂ ਕਿਹਾ ਹੁਣ ਤੋ ਅੱਜ ਖਾਦੇ ਗੋਲੇ ਹਲੇ ਤੱਕ ਉਹਨੇ ਕਿਹਾ ਨਹੀਂ ਹੁਣ ਖਾਣੀ ਹੈ ਮੈਂ ਕਿਹਾ ਤੂੰ ਅੱਜ ਨਹੀਂ ਖਾਣੀ ਤੇ ਖਾਣਾ ਖਾ ਕੇ 3 ਘੰਟੇ ਬਾਅਦ ਮੈਨੂੰ ਮੈਸੇਜ ਕਰਨਾ ਉਹਨੇ ਮੈਨੂੰ ਮੈਸੇਜ ਕੀਤਾ 6.5 ਖਾਣੇ ਤੋਂ 3 ਘੰਟੇ ਬਾਅਦ ਮੈਂ ਕਿਹਾ ਨਾਰਮਲ ਉਹਨੇ ਮੈਨੂੰ ਸਵੇਰ ਖਾਲੀ ਪੇਟ ਮੈਸੇਜ ਕੀਤਾ ਕਹਿੰਦਾ 5.3 ਮੈਂ ਕਿਹਾ ਨਾਰਮਲ ਗੋਲੀ ਨਹੀਂ ਖਾਦੀ ਨਾਸ਼ਤਾ ਤੋਂ 10 ਘੰਟੇ ਬਾਅਦ ਉਹਨੇ ਮੈਨੂੰ ਮੈਸੇਜ ਕੀਤਾ ਇੰਨੀ ਕਿ ਫੇਰ 6 7 ਤੱਕ ਸਾਢੇ 7 ਸਾਢੇ 6 6 ਤਿੰਨ ਦਿਨ ਦੀ ਉਹਦੀ ਸ਼ੂਗਰ ਮੈਂ ਲਗਾਤਾਰ ਚੈੱਕ ਰਹੀ ਮੈਂ ਕਿਹਾ ਖਬਰਦਾਰ ਜੇ ਹਮ ਤੂੰ ਗੋਲੀ ਖਾਦੀ ਤੈਨੂੰ ਸ਼ੂਗਰ ਨਹੀਂ ਆਗੀ ਅੱਜ ਇਸ ਗੱਲ ਨੂੰ 4 ਤੋਂ 6 ਮਹੀਨੇ ਹੋ ਗਏ ਉਹਨੇ ਗੋਲੀ ਨਹੀਂ ਖਾਦੀ ਛੁੱਟ ਗਈ ਔਰ ਆਹੇ ਉਹਦੀ ਸ਼ੂਗਰ ਆ ਫੇਰ ਵੀ ਤੇ ਉਹ ਕਹਿੰਦਾ ਮੈਂ ਇੰਜ ਮਹਿਸੂਸ ਕਰਦਾ ਮੈਂ ਜਵਾਨ ਹੋ ਗਿਆ ਮੈਂ ਬਿਹਤਰ ਹੋ ਗਿਆ એનર્ਜੀ ਆ ਗਈ ਮੇਰੇ ਚ ਜਦੋਂ ਦੀ ਗੋਲੀ ਛੱਡੀ ਮੈਂ ਕਿਹਾ ਉਹ એનર્ਜੀ ਤੇ ਤੇਰੀ ਡਾਊਨ ਕਰ ਰਹੀ ਸੀ ਉਹ ਗੋਲੀ ਕਿੰਨਾ ਯਾਰ ਅਸੀਂ ਜ਼ੁਲਮ ਕਰਦੇ ਗੋਲੀ ਗੋਲੀ ਅਸਲ ਚ ਵੀ એનર્ਜੀ ਅਸਰ ਹੁੰਦਾ ਉਹ ਤੇ ਉਹ ਕਾਦੇ ਲਈ ਗੋਲੀ ਦਿੱਤੇ ਜਾਂਦੀ ਹੈ 슈ગર ਲੋ ਕਰਨ ਲਈ ਦਿੱਤੇ ਜਾਂਦੇ ਜਦੋਂ 슈ગર ਲੋ ਹੁੰਦੀ ਤਾਂ ਉਹਦਾ ਮਤਲਬ એનર્ਜੀ ਲੋ ਹੋਈ ਨਾ ਟੋਟਾ ਸਾਰਾ ਹੀ ਬੰਦਾ ਉਹਦਾ ਮਤਲਬ એનર્ਜੀ ਡਾਊਨ ਹੋ ਗਈ ਨਾ ਹੁਣ ਜਿਹੜੇ ਲੋਕਾਂ ਦੀ 슈ગર ਹੁਣ ਉਹਨਾਂ ਤੇ ਆ ਜੀਏ ਸਾਰੇ ਲੋਕਾਂ ਤੇ ਜਿਹੜੇ ਲੋਕ ਇੱਕ ਗੋਲੀ ਨੂੰ ਵੱਲ ਸੋਚ ਰਹੇ ਆ ਜਾਂ ਲੈ ਰਹੇ ਆ ਉਹਨਾਂ ਦਾ ਸਭ ਤੋਂ ਅੱਛਾ ਇੱਕ ਸੋਲੂਸ਼ਨ ਆ ਜਿਹੜੇ ਪ੍ਰੀ ਡਾਇਬੀਟਿਕ ਹੈ ਜਿਹੜੇ ਆਪਣੇ ਆਪ ਨੂੰ ਸਮਝਦੇ ਕਿ ਮੇਰੇ ਫਾਦਰ ਨੂੰ ਜਾਂ ਮਦਰ ਨੂੰ ਜਾਂ ਦੋਨਾਂ ਨੂੰ ਹੈ ਤੇ ਮੇਰਾ ਕੋਲੇਸਟ੍ਰੋਲ ਹਾਈ ਹੈ ਤੇ ਮੈਨੂੰ ਹੋ ਜਾਣੀ ਹੈ ਜਿਹਨੂੰ ਇਹ ਗੱਲ ਸੁਣਾਈ ਹੋਈ ਹੈ ਉਹ ਕੀ ਕਰਨ ਬਹੁਤ ਅੱਛਾ ਜਿਹਾ 올ਿਵ ਆਇਲ ਲੈਂ ਅਰਕੇਡੀਅਨ ਮਾਊਂਟੇਨਸ ਦਾ 올ਿਵ ਆਇਲ ਲੈਂ ਜੋਸੇਫ ਕੰਪਨੀ ਦਾ JOSEPH ਉਹਦਾ 올ਿਵ ਆਇਲ ਲੈਂਨ ਮੁਸੀਬਤ ਇਹ ਹੈ ਕਿ ਮੈਂ ਜਿਹੜਾ 올ਿਵ ਆਇਲ ਇੱਥੇ ਦੱਸ ਦੇਣਾ ਉਹ ਸੋਲਡ ਆਊਟ ਹੋ ਜਾਂਦਾ ਹੁਣ ਕਿਹਦਾ ਕਿਹਦਾ ਬੰਦਾ ਨਾਲ ਹੋਵੇ ਇੱਕ ਕੈਰਾ ਪੈਲੀ ਕੰਪਨੀ ਹੈ C A R A P W L I ਉਹਦਾ 올ਿਵ ਆਇਲ ਲੈਂਨ ਹਾਈਪਰਲੀਓਨ ਦਾ 올ਿਵ ਆਇਲ ਲੈ ਲਓ। ਇਹ ਸਾਰੀਆਂ ਕੰਪਨੀਆਂ ਟੌਪ ਦੀਆਂ ਕੰਪਨੀਆਂ ਨੇ ਸਾਰਿਆਂ ਦੇ origignal olive oil ਨੇ। ਜਿਹੜੇ ਬਾਕੀ 90% olive oil ਮਾਰਕੀਟਸ 'ਤੇ ਨੇ ਉਹ ਫੇਕ ਨੇ। ਤੁਸੀਂ ਉਹ olive oil ਲਵੋ ਜੇ ਤੇ ਤੁਹਾਡੀ ਸ਼ੂਗਰ 7 ਤੋਂ 8 ਦੇ ਦਰਮਿਆਨ ਆ ਰਹੀ ਹੈ। ਯਾਨੀ ਤੁਸੀਂ ਵਾਕਈ ਤੁਹਾਨੂੰ ਹੋ ਰਹੀ ਹੈ ਸ਼ੂਗਰ। ਤੇ ਗੋਲੀ ਤੇ ਜਾਣ ਤੋਂ ਬਿਹਤਰ ਹੈ 2 ਚਮਚ olive oil ਰਾਤ ਨੂੰ ਖਾਣਾ ਖਾ ਕੇ ਤੇ 2 ਚਮਚ olive oil ਸਵੇਰ ਬਰਸ਼ ਕਰਕੇ ਉੱਠਦੇ ਹੀ ਪਾਣੀ ਪੀ ਕੇ ਇੱਕ ਗਲਾਸ ਨਾਲ ਹੀ 2 ਚਮਚ olive oil ਲੈ ਲੈਣੇ। ਨਾਲ ਹੀ। ਮੱਚਾ। ਇਹ ਤੋ ਸ਼ੁਰੂ ਕਰੋ ਤੁਹਾਡੀ ਸ਼ੂਗਰ 6 ਤੋਂ 7 ਦੇ ਦਰਮਿਆਨ ਆ ਜਾਏਗੀ ਫਿਰ ਹੌਲੀ ਹੌਲੀ ਉਹਨੂੰ ਇੱਕ ਚਮਚ ਸਵੇਰ ਤੇ ਇੱਕ ਚਮਚ ਸ਼ਾਮ ਕਰ ਦਿਓ ਤੁਹਾਡੀ ਤੁਹਾਨੂੰ ਸ਼ੂਗਰ ਨਹੀਂ ਹੋਣ ਲੱਗੀ ਦੂਸਰੀ ਚੀਜ਼ ਉਹਦਣਾ ਐਡ ਕਰੋ ਜਿਹੜੇ ਵਾਕਈ ਪ੍ਰੀ ਡਾਇਬੀਟਿਕ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹਨਾਂ ਨੇ ਠੱਕੇ ਨਾ ਬਣਾਇਆ ਹੋਇਆ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਹਲੇ ਦੂਸਰਾ ਕੀ ਕਰਨ ਕਿ ਕਲੌਂਜੀ ਦੇ 10 ਤੋਂ 20 ਦਾਣੇ ਖਾਇਆ ਕਰ ਲਓ ਅਕਸਰ ਲੋਕਾਂ ਨੇ ਮੈਂ ਕਲੌਂਜੀ ਦਾ ਆਇਲ ਛੜਾਏ ਆ ਉਹ ਇੱਕ ਚਮਚਾ ਕਲੌਂਜੀ ਆਇਲ ਪੀ ਰਹੇ ਆ ਇੱਕ ਚਮਚੇ ਚ ਕਿੰਨੇ ਦਾਣੇ ਹੋਣਗੇ 500000 ਦਾਣੇ ਤੇ ਹੋਏਗਾ ਨਾ ਬਲਵਲੇ ਖਾਣੇ ਕਿੰਨੇ ਪੇਟ ਫਾੜ ਦੇਗਾ ਅੱਛਾ ਸਟਮਕ ਨੂੰ ਫਾੜ ਦੇਗਾ ਇੰਨਾ ਗਰਮ ਹੁੰਦਾ ਦਾਣੇ ਖਾਣੇ ਉਹਦੇ ਇਹ ਉਂਗਲੀ ਨੂੰ ਲਾਣੇ ਜਿੰਨੇ ਦਾਣੇ ਲੱਗ ਜਾਣ 10 ਤੋਂ 20 ਦਾਣੇ ਉਹਨੇ ਬਸ ਚਬਾ ਕੇ ਸਵੇਰ ਖਾ ਲੈਣੇ 올ਿਵ ਆਇਲ ਤੋਂ ਬਾਅਦ ਲੈ ਲਓ ਰਾਸਤੇ ਤੋਂ ਪਹਿਲਾਂ ਲੈ ਲਓ ਜਦੋਂ ਮਰਜ਼ੀ ਲੈ ਲਓ ਇੱਕ ਵਾਰੀ ਇਹ ਦੋ ਕੰਮ ਤੁਸੀਂ ਕਰਦੇ ਰਹੋ ਸਟ्रेस ਤੋਂ ਨੇੜੇ ਨਾ ਆਉਂਦੇ ਹੋ ਪਾਣੀ 3.5 ਲੀਟਰ ਪੀਓ ਮਾ ਤੁਹਾਨੂੰ ਕੋਲੇਸਟ੍ਰੋਲ ਰਹੇਗਾ ਮਾ ਤੁਹਾਨੂੰ ਯੂਰਿਕ ਐਸਿਡ ਰਹੇਗਾ ਮਾ ਤੁਹਾਨੂੰ ਸ਼ੂਗਰ ਰਹੇਗਾ ਇਤ ਜਿੰਨੇ ਕਹਾਣੀ ਸੁਣਾਈ ਹੋਈ ਹੈ ਲੋਕਾਂ ਨੂੰ ਉਹਨਾਂ ਨੇ ਇਹ ਸਾਰੀ ਰਿਵਰਸ ਹੋ ਜਾਏਗੀ ਇਹ ਉਹ ਆ ਜਿਨ੍ਹਾਂ ਦਾ ਮੈਂ ਪ੍ਰੀ ਡਾਇਬੀਟਿਕ ਦੱਸ ਰਿਹਾ ਜਿਹੜੇ ਹੈ ਹੀ ਨਹੀਂ ਜਿਨ੍ਹਾਂ ਨੂੰ ਸ਼ੂਗਰ ਸਿਰਫ ਕੋਲੇਸਟ੍ਰੋਲ ਹਾਈ ਹੈ ਤੇ ਡਰਾ ਰਹੇ ਉਹਨਾਂ ਨੂੰ ਉਹ ਅੱਧਾ ਚਮਚ 올ਿਵ ਆਇਲ ਰਾਤ ਨੂੰ ਪੀ ਲੈਕਰੈ ਥੈਟਸ ਇਟ ਚਿਪ ਬਲੱਡ ਪ੍ਰੈਸ਼ਰ ਵੀ ਹੈਗਾ ਤਾਂ اچھا ਜੇ ਨਹੀਂ ਹੈਗਾ ਤੇ ਇੱਕ ਚਮਚ ਪੂਰਾ ਭਰ ਕੇ ਜਿਹੜਾ ਚਾਵਲ ਖਾਣੇ ਆਪਾਂ ਖਾਣਾ ਖਾਂਦੇ ਆ ਸਰ 올ਿਵ ਆਇਲ ਲੈ ਲੈਕਰ ਰਾਤ ਨੂੰ 올ਿਵ ਆਇਲ ਲੈਣਾ ਮਹਿੰਗੇ ਵਾਲਾ ਔਰ ਐਨਾ ਕੰਪਨੀਆਂ ਚੋ ਯਾ ਆਪ ਸਰਚ ਕਰ ਲਓ ਤੁਸੀਂ ਜਿਹੜੇ ਰਿਵਿਊਜ਼ ਦੇਖ ਕੇ ਟਾਪ 10 올ਿਵ ਆਇਲਸ ਆਫ ਦ ਵਰਲਡ ਉਹਦੇ ਰਿਵਿਊਜ਼ ਚੈੱਕ ਕਰੋ ਉਹਦੀ ਪ੍ਰਾਈਸ ਚੈੱਕ ਕਰੋ ਉਹਦੀ ਮੈਨੂਫੈਕਚਰਿੰਗ ਪਲੇਸ ਚੈੱਕ ਕਰੋ ਕਿੱਥੇ ਹੁਣ ਇੱਕ 올ਿਵ ਆਇਲ ਬਠਿੰਡੇ ਬਣ ਰਿਹਾ ਜਾਂ ਜਲੰਧਰ ਬਣ ਰਿਹਾ ਜਾਂ ਉੱਥੇ ਬਣ ਰਿਹਾ ਪਾਕਿਸਤਾਨ ਚ ਲਾਹੌਰ ਬਣ ਰਿਹਾ ਉਨਤੇ ਖਰ ਪਾਕਿਸਤਾਨ ਚ 올ਿਵ 올ਿਫ ਟਰੀਜ਼ ਲੱਗੇ ਨੇ ਬਹੁਤ ਸਾਰੇ ਬਾਗ ਲੱਗੇ ਨੇ ਉੱਥੇ ਲੋਕਾਂ ਨੇ ਕੰਪਨੀਆਂ ਬਣਾ ਲੀਆਂ ਹੁਣ ਜਿੱਥੇ 올ਿਵ ਆਇਲ ਹੁੰਦਾ ਹੀ ਨਹੀਂ ਤੇ ਉਥੋਂ ਦਾ 올ਿਵ ਆਇਲ ਆ ਤੇ ਉਹ ਕਿੱਥੋਂ ਜੈਨੂਨ ਹੋਣਾ ਉਹਦੇ ਵਿੱਚ 5 10% 올ਿਵ ਆਇਲ ਕਿੱਥੋਂ ਦਾ ਹੋਏ ਤੇ ਜੈਨੂਨ ਹੋ ਸਾਰੇ ਜੈਨੂਨ ਆ ਜਿੱਥੋਂ ਜਿੱਥੋਂ ਦੇ ਹੈਗੇ ਆ ਲੇਕਿਨ ਇਹ ਜਿੱਥੇ ਬਿਲਕੁਲ ਹੀ ਨਹੀਂ ਹੁੰਦਾ ਕੋਈ ਨਹੀਂ ਕਰਦਾ ਉਥੋਂ ਦਾ ਲਿਖਿਆ ਹੁੰਦਾ ਕਈ ਵਾਰੀ ਫਿਰ ਜਦੋਂ ਤੁਸੀਂ ਉਹ ਲੈਂਦੇ ਉਹਦਾ ਟੇਸਟ ਨਹੀਂ ਹੁੰਦਾ ਜੈਨੂਨ 올ਿਵ ਆਇਲ ਦਾ ਗਲੇ ਨੂੰ ਪੈਣਾ ਚਾਹੀਦਾ 올ਿਵ ਆਇਲ ਮਿੱਠਾ ਜਿਵੇਂ ਆਮ ਤੁਸੀਂ ਵੈਜੀਟੇਬਲ ਆਇਲ ਲੈ ਰਹੇ ਹੋ ਉਹ ਮੇ ਤਾਂ ਹੁੰਦਾ ਇਹ ਜਿੰਨੀਆਂ ਵੱਡੀਆਂ ਵੱਡੀਆਂ ਇਥੇ ਸਟੋਰ ਨੇ ਇਹਨਾਂ ਦੇ ਤੁਸੀਂ 올ਿਵ ਆਇਲ ਜਾ ਕੇ 20 ਡਾਲਰ 15 ਡਾਲਰ 20 ਡਾਲਰ ਦੀ ਅੱਡੀ ਬੋਤਲ 2 2.5 3 ਲੀਟਰ ਦੀ ਹੂੰ ਉਹਦੇ ਚ ਕੀ ਹੋਣਾ ਯਾਰ ਉਹ ਤੇ 20 ਡਾਲਰਾਂ ਦੀ ਬੋਤਲ ਬੰਦੀ ਹੋਣੀ ਹੈ ਉਹ ਤੇ ਹੌਲੀ ਵਾਇਲ ਕਿੱਥੋਂ ਆ ਗਿਆ ਹੋਣਾ origignal ਤੁਸੀਂ ਆਪ ਸੋਚੋ ਇਹ ਉਹ ਲੋਗ ਜਿਨ੍ਹਾਂ ਨੂੰ ਸ਼ੱਕ ਆ ਕਿ ਸਾਨੂੰ ਫਿਊਚਰ ਚ ਹੋ ਨਾ ਜਾਏ ਉਹ ਕਲੌਂਜੀ ਔਰ ਦਾ ਚਮਚ 올ਿਵ ਆਇਲ ਜਿਨ੍ਹਾਂ ਨੂੰ ਹੋ ਗਈ ਹੈ ਦਾਰਾ ਕਿ ਪ੍ਰੀ ਡਾਇਬੀਟਿਕ ਆ ਤੇ 7 ਤੋਂ 8 9 ਵੀ ਹੋ ਜਾਂਦੀ ਕਦੇ ਕਦੇ ਉਹ 2 ਚਮਚ 올ਿਵ ਆਇਲ ਸਵੇਰ ਸ਼ਾਮ ਨਾਲ ਕਲੌਂਜੀ ਇੱਕ ਆਪਨ ਫਾਰਮੂਲਾ ਵੀ ਦੱਸਿਆ ਔਕਲੋਜੀ ਦਾ ਜਵੈਨ ਕੋਲੋਜੀ ਤੇ ਮੇਥੀ ਦਾਣਾ ਇਕੁਅਲ ਕਵਾਂਟੀਟੀ ਚ ਕੁੱਟ ਕੇ ਰੱਖ ਲਓ ਪਿਸਣਾ ਨੇ ਕੁੱਟਣਾ ਦੋ ਦੋ ਟੁਕੜੇ ਕਰਨੇ ਤੇ ਉਹਦਾ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਹੈਗਾ ਤੇ ਰਾਤ ਨੂੰ ਇੱਕ ਚਮਚਾ ਪਾਣੀ ਚ ਪਿਓ ਦਿਓ ਸਾਦਾ ਪਾਣੀ ਚ ਸਵੇਰ ਉੱਠ ਕੇ ਛਾਣ ਕੇ ਸਿਰਫ ਪਾਣੀ ਪੀ ਲਓ ਜੇ ਬਲੱਡ ਪ੍ਰੈਸ਼ਰ ਨਹੀਂ ਹੈਗਾ ਤੇ ਅੱਧਾ ਚਮਚੇ ਸਵੇਰ ਤੇ ਅੱਧਾ ਚਮਚ ਸ਼ਾਮ ਛੋਟਾ ਪਾਣੀ ਨਾਲ ਵੈਸੇ ਲੈ ਲਓ ਖਾਲੀ ਪੇਟ ਖਾਣੇ ਤੋਂ ਪਹਿਲਾਂ ਉਦੋਂ ਨਾਸ਼ਤੇ ਤੋਂ ਪਹਿਲਾਂ ਇਹ ਇੰਨਾ ਆਸਾਨ ਫਾਰਮੂਲਾ ਦੇਖੋ ਹਰ ਬੰਦੇ ਨੂੰ ਇੱਥੇ ਸ਼ੂਗਰ ਲਈ ਹੋਈ ਹੈ ਤੁਸੀਂ ਜਿੰਨੇ ਲੋਕ ਸੁਣ ਰਹੇ ਹੋ ਮੇਰੇ ਕੰਨ ਖੋਲ ਕੇ ਗੱਲ ਸੁਣ ਲਓ ਜਦੋਂ ਤੁਸੀਂ ਇਹਨੂੰ ਸ਼ੂਗਰ ਨੂੰ ਸੋਚਣਾ ਸ਼ੁਰੂ ਕਰ ਦਿੱਤਾ ਨਾ ਕਿ ਮੈਨੂੰ ਸ਼ੂਗਰ ਹੈ ਕੀ ਆ ਤੇ ਨਾਲ ਗੋਲੀ ਵੀ ਖਾਣੀ ਸ਼ੁਰੂ ਕਰ ਦਿੱਤੀ ਤੇ ਤੁਹਾਨੂੰ ਸ਼ੂਗਰ ਹੋ ਜਾਣੀ ਮਨਸਿਕ ਨਾਸਰ ਕਰਦੀ ਹੈ ਇਹ ਨਾਸਰ ਕਰਦੀ ਹੈ ਪਲੱਸ ਗੋਲੀ ਖਾ ਰਹੇ ਹੋ ਨਾ ਤੁਸੀਂ ਇਹਨਾਂ ਤੁਹਾਨੂੰ ਸ਼ੂਗਰ ਕਰ ਦੇਣੀ ਹੈ ਇਹਨੂੰ ਜਲਦ ਜਲਦ ਆਪਣੇ ਆਪ ਨੂੰ ਟੈਸਟ ਕਰ ਲਓ ਜਿਵੇਂ ਮੈਂ ਦੱਸਿਆ ਇਸ ਤਰ੍ਹਾਂ ਚੈੱਕ ਕਰ ਲਓ ਦੇਖੋ ਮੈਨੂੰ ਤਾਂ ਫਾਇਦਾ ਹੋਣਾ ਤੁਸੀਂ ਮੇਰੇ ਕੋਲ ਦਵਾਈ ਲੈਣ ਆਉਂਦੇ ਹੋ ਤਾਂ ਮੈਂ ਤਾਂ ਤੁਹਾਨੂੰ ਵਾਪਸ ਭੇਜ ਦੇਣਾ ਕਿ ਤੁਹਾਨੂੰ ਸ਼ੂਗਰ ਨਹੀਂ ਹੈਗੀ ਚਲੋ ਦੋਸਤੋ ਮੈਂ ਸ਼ੂਗਰ ਹੈ ਨਹੀਂ ਖਾਣੀ ਨੇ ਗੋਲੀ ਉਹ ਵੀ ਨਹੀਂ ਖਾਣੀ ਤੇ ਇਹ ਵੀ ਨਹੀਂ ਖਾਣੀ ਮੇਰੇ ਵੀ ਨਹੀਂ ਖਾਣੀ ਜਿਹਨੂੰ ਹੈਗੀ ਉਹ ਜ਼ਰੂਰ ਆਏ ਤੇ ਜਿਹਨੂੰ ਨਹੀਂ ਹੈਗੀ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਚੈੱਕ ਕਰ ਲੈ ਮੇਰੇ ਕੋਲੇ ਹਣ ਤੋਂ ਬਾਅਦ ਕਿਉਂ ਚੈੱਕ ਕਰਦੇ ਹੋ ਪਹਿਲਾਂ ਹੀ ਚੈੱਕ ਕਰ ਲਓ ਆਪਣੇ ਆਪ ਨੂੰ 3-4 ਦਿਨ ਸ਼ੂਗਰ ਚੈੱਕ ਕਰੋ ਦਿਨ ਚ ਤਿੰਨ ਵਾਰੀ ਜੇ ਤੇ ਇੱਥੇ ਇਸ ਰੇਂਜ ਚ ਆਵੇ ਤੇ ਤੁਹਾਨੂੰ ਸ਼ੂਗਰ ਨਹੀਂ ਹੈਗੀ ਤੇ ਜੇ ਇਸ ਰੇਂਜ ਤੋਂ ਉੱਤੇ ਆਵੇ ਤਾਂ ਫਿਰ ਮੇਰ ਕੋ ਆਜੋ ਔਰ ਰਿਜ਼ਲਟ ਲੈ ਕੇ ਸਾਰਾ ਮੈਂ ਫਿਰ ਵੀ ਉਹਨੂੰ ਗੌਰ ਨਾਲ ਦੇਖਾਂਗਾ ਮੈਂ ਹਰ ਇੱਕ ਨੂੰ ਐਵੇਂ ਅੰਨੇਵਾ ਨਹੀਂ ਦੇ ਦਿੰਦਾ ਤੁਹਾਨੂੰ ਦਵਾਈਆਂ ਵਿੱਚ ਨਾਲ ਤੁਸੀਂ ਅਮੀਰ ਨਹੀਂ ਹੋ ਸਕਦੇ ਉਸੇ ਅਮੀਰ ਹੋਣਾ ਜਦੋਂ ਉਹਨੇ ਕਰਨਾ ਉੱਤੇ ਹਲੇ ਨੇ ਜੇ ਦਵਾਈਆਂ ਵੇਚ-ਵੇਚ ਕੇ ਅਮੀਰ ਹੋਣਾ ਹੁੰਦਾ ਤਾਂ ਫਿਰ ਸਾਰੇ ਹੋ ਗਏ ਹੁੰਦੇ ਮੈਡੀਕਲ ਸਟੋਰਾਂ ਵਾਲੇ ਸਾਰੇ ਕਰੋੜਾਪਤੀ ਹੁੰਦੇ ਕੋਈ ਕਰੋੜਾਪਤੀ ਆ ਤਾਂ ਕੋਈ ਕੱਖਪਤੀ ਆ ਹਲੇ ਵੀ ਮੈਡੀਕਲ ਸਟੋਰਾਂ ਦੇ ਫਾਰਮੇਸੀਆਂ ਤੁਸੀਂ ਰੱਬ ਤੇ ਉਮੀਦ ਰੱਖੋ ਦਵਾਈਆਂ ਵੇਚ ਕੇ ਆਪਣੇ ਆਪ ਨੂੰ ਜਿਵੇਂ ਹੁਣ ਉਹਨਾਂ ਦਾ ਕੀ ਨਾਮ ਲੱਗਿਆ ਕੋਵਿਡ ਵਾਲੀ ਵੈਕਸੀਨ ਕਿੰਨਾ ਹਵਾ ਸੀਗਾ ਬਿਲਕੁਲ ਠੀਕ ਇੱਕ ਦਵਾਈ ਸੀ ਸਾਡੀ ਆਰਸੈਨਿਕ ਵਾਲਾ ਇੱਕ ਦਿਨ ਚ ਉਤਾਰਦੇ ਨਾ ਹਜ਼ਾਰਾਂ ਲੋਕਾਂ ਨੂੰ ਦਿੱਖਦੀ ਆਪ ਵੀ ਬੇਸ਼ੁਮਾਰ ਵਾਰੀ ਲਈ ਜਦੋਂ ਡਾਊਟ ਹੁੰਦਾ ਸੀ ਕਿ ਕਿਸੇ ਪੇਸ਼ੈਂਟ ਤੋਂ ਮਿਲ ਗਿਆ ਜਾ ਕੇ ਉਹਦੀ ਇੱਕ ਡੋਜ਼ ਲੈਣੀ ਠੀਕ ਥੈਟਸ ਇਟ ਇੰਨਾ ਆਸਾਨ ਸੀ ਉਹਦਾ ਹਾਲ ਕੀ ਕੁਛ ਕੀਤਾ ਸੀ ਇਸੇ ਤਰ੍ਹਾਂ ਇਹ ਬਾਕੀ ਦੁਆਇਆਂ ਇੱਕ ਬਿਜ਼ਨਸ ਹਉਆ ਬਣਾ ਦਿੱਤਾ ਜਾਂਦਾ ਨਾ ਚੀਜ਼ ਨੂੰ ਦਾਵਾ ਬਣਾ ਦਿੱਤਾ ਨਰਦਈ ਵਪਾਰ ਇਹ ਸਾਰਾ ਡਰ ਪੈਦਾ ਕਰ ਦੋ ਤੁਹਾਡੇ ਮਨਾਂ ਦੇ ਵਿੱਚ ਵੀ ਹੋ ਗਿਆ ਹੋ ਗਿਆ ਹੋ ਗਿਆ ਤੇ ਬੰਦੇ ਨੇ ਵੇਖਣਾ ਨਹੀਂ ਦੂਜੀ ਜਿੰਨੇ ਕਹਣਾ ਸ਼ੁਰੂ ਕਰੋ ਗੋਲੀ ਬੱਕੀ ਚੰਦੇ ਨੇ ਡਰ ਕੇ ਆ ਕੇ ਜੀਤ ਹੈ ਬਸ ਗੋਲੀ ਕੇ ਆ ਕੇ ਜੀਤ ਹੈ ਗੋਲੀਆਂ ਆ ਬਧੀਆ ਅੱਜ ਦੇ ਪ੍ਰੋਗਰਾਮ ਚ ਤੁਸੀਂ ਆਪਣੇ ਨਾਲ ਮੈਸੇਜ ਸੁਣੇ ਹੈ ਟਿੱਪਣੀਆਂ ਜਰੂਰ ਜੜੇ YouTube ਤੇ ਦੇਖ ਰਿਆ ਕਰਿਓ ਕਿ ਜੇ ਤੁਸੀਂ ਆਲਰੇਡੀ ਗੋਲੀ ਖਾ ਰਹੇ ਹੋ ਤੇ ਤੁਹਾਡੀ ਸ਼ੂਗਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਇੰਨੀ 5.5 ਜਾਂ ਕੁਛ ਹੁੰਦੀ ਆ ਤਾਂ ਉਸ ਹਿਸਾਬ ਦੇ ਨਾਲ ਤੁਸੀਂ ਆਪਣੇ ਮੈਸੇਜ ਟਿੱਪਣੀਆਂ ਜਰੂਰ ਕਰਿਓ ਮੈਸੇਜ ਆਖਰੀ हां जी उतरोस हो गया टाइम समय हैगा अपने वो 1 मिनट पूरा हैगा ਤੁਹਾਡੇ ਮੈਸੇਜ ਲਈ ਡਰ ਕੇ ਆ ਕੇ ਜੀਤ ਵਾਲੇ ਮੈਸੇਜ ਦਿੰਨੇ ਆ ਦੇਖੋ ਜਿਹੜੇ ਲਾਈਫ ਆ ਨਾ ਇਹ ਦੋ ਤਰ੍ਹਾਂ ਦੀ ਲਾਈਫ ਆਪਾਂ گزارਦੇ ਆ ਇੱਕ ਆਪਣੀ ਲਾਈਫ ਹੁੰਦੀ ਹੈ ਸੈਟੀਸਫਾਈਡ ਲਾਈਫ ਇੱਕ ਹੁੰਦੀ ਹੈ ਸਕਸੈਸਫੁਲ ਲਾਈਫ ਸੈਟੀਸਫਾਈਡ ਲਾਈਫ ਸਕਸੈਸਫੁਲ ਲਾਈਫ ਨਾਲੋਂ ਜ਼ਿਆਦਾ ਬਿਹਤਰ ਆ ਕਿਉਂ ਹਮ ਇਸ ਤੋਂ ਕਿ ਜਿਹੜੀ ਸੈਟੀਸਫੈਕਸ਼ਨ ਆ ਨਾ ਇਹ ਤੁਸੀਂ ਮੈਜ਼ਰ ਕਰਦੇ ਹੋ ਤੁਸੀਂ ਇਹਦਾ ਪੈਮਾਨਾ ਤੁਹਾਡੇ ਕੋਲ ਹੈ ਤੁਸੀਂ ਕੈਲਕੂਲੇਟ ਕਰਦੇ ਹੋ ਤੇ ਜਿਹੜੀ ਸਕਸੈਸ ਉਹ ਲੋਕ ਮੈਜ਼ਰ ਕਰਦੇ ਆ ਤੇ ਗੱਲ ਉਹ ਠੀਕ ਹੈ ਜਿਹੜੀ ਤੁਹਾਡੇ ਤੇ ਆ ਲੋਕ ਤਾਂ ਤੁਹਾਨੂੰ ਪਤਾ ਕਿਸੇ ਹਾਲ ਚ ਵੀ ਖੁਸ਼ ਨਹੀਂ ਰਹਿੰਦੇ ਹਮ ਸੈਟੀਸਫਾਈਡ ਲਾਈਫ ਜਿਨਾ ਸ਼ੁਰੂ ਕਰੋ ਸਕਸੈਸਫੁਲ ਲਾਈਫ ਆਪੇ ਹੋ ਜਾਏਗੀ ਸਕਸੈਸਫੁਲ ਲਾਈਫ ਉਹਨਾਂ ਦੀ ਹੁੰਦੀ ਹੈ ਜਿਹੜੇ ਅੰਦਰੋਂ ਸੈਟੀਸਫਾਈਡ ਹੁੰਦੇ ਅੰਦਰੋਂ ਮਤਮੈਨ ਹੁੰਦੇ ਅੰਦਰੋਂ ਖੁਸ਼ ਹੁੰਦੇ ਆ ਸੰਤੁਸ਼ਟ ਸੰਤੁਸ਼ਟ ਹੋਵੇਗਾ ਜਿਹੜਾ ਹਮ ਬਿਲਕੁਲ ਠੀਕ ਤੁਹਾਡੀ ਰਾਈਟ ਅਹੀ ਮੈਰਾ ਇਸ ਦਾ ਮੈਸੇਜ ਨਿੱਕੇ ਜਿਹੇ ਸਨੇਹਾ ਚ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਤੁਹਾਡੀਆਂ ਬਹੁਤ ਧੰਨਵਾਦ ਸ਼ੁਕਰੀਆ ਸਟਾਲੀ ਥੈਂਕ ਯੂ ਸੋ ਮਚ ਟੇਕ ਕੇਅਰ ਸੋ ਇਸਨ ਡਾਕਟਰ ਮੁਰਤਜ਼ਾ ਸਾਡੇ ਨਾਲ ਸੋਇਦ ਦੇ ਪ੍ਰੋਗਰਾਮ ਚ ਇਨਾ ਹੀ ਆਪਣੀਆਂ ਟਿੱਪਣੀਆਂ ਮੈਸੇਜ ਸਨੇਹ ਸਾਡੇ ਤੱਕ ਜਰੂਰ ਪਹੁੰਚਾਓ ਹੋ ਸਕਦਾ ਹੋਣ ਵਾਲੇ ਇੱਕ ਅੱਗੇ ਪ੍ਰੋਗਰਾਮ ਚ ਤੁਹਾਡੀਆਂ ਸਾਰੀਆਂ ਟਿੱਪਣੀਆਂ ਚ ਜਿਹੜੇ ਜਿਹੜੇ ਵੀ ਤੁਹਾਡੇ ਵੱਡੇ ਇੰਪੋਰਟੈਂਟ ਸਵਾਲ ਨੇ ਉਹਨਾਂ ਦੇ ਉੱਤੇ ਇੱਕ ਪ੍ਰੋਗਰਾਮ ਦਾਤ ਜਰੂਰ ਰੱਖਿਆ ਜਾਏਗਾ ਸੋ ਅੱਜ ਦੇ ਪ੍ਰੋਗਰਾਮ ਚ ਇਨਾ ਹੀ ਮੈਨੂੰ ਜੋਗਰਾ ਸਿੰਘ ਕਾਲ ਨੂੰ ਦਿਵਾ ਆ ਗਿਆ ਤੁਸੀਂ ਇੱਕ ਥੋੜਾ ਪ੍ਰਾਈਮਰੀ ਸ਼ੇਅਰਟੀ ਵੀ ਤੁਹਾਡਾ